ਅਸਲਾਮ ਵਾਲੇਕੁਮ ਜੀ। ਅੱਜ ਮੈਂ ਆਪਦੇ ਇੱਕ ਮਿਸਾਲੀ ਜ਼ਿਮੀਦਾਰ ਨਾਲ ਤੁਹਾਡਾ ਤਾਰਫ ਕਰਵਾਈਨਾ ਤੇ ਇਹਨਾਂ ਦੇ ਕੋਲੋਂ ਪੁੱਛਣਾ ਹੈ ਜੀ, ਬਿਹਤਰੀਨ ਫਸਲ ਲੈਣ ਵਾਸਤੇ, ਅੱਛੀ ਪੈਦਾਵਾਰ ਲੈਣ ਵਾਸਤੇ ਕੀ ਕਰਨਾ ਚਾਹੀਦਾ? ਹਾਂ ਪੀਰ ਸਾਹਿਬ ਜੀ, ਪਹਿਲੇ ਨੰਬਰ 'ਤੇ ਜੀ ਅੱਛੀ ਫਸਲ ਦਾ ਬੀਜ ਅੱਛਾ ਹੋਣਾ ਚਾਹੀਦਾ। ਇੰਝ ਗੱਲ ਹੈ ਜੀ, ਅਤੇ ਬੀਜ ਤੋਂ ਬਾਅਦ ਉਸਦੇ ਦੇਖਭਾਲ ਰੋਜ਼ਾਨਾ ਦੀ ਹੋਣੀ ਚਾਹੀਦੀ ਹੈ। ਠੀਕ ਹੋ ਗਿਆ ਜੀ। ਜਿਸ ਚੀਜ਼ ਦੇ ਮੁਤਾਬਕ ਜਿਹੜੀ ਬਿਮਾਰੀ ਹੋਵੇ ਉਹਦੇ ਮੁਤਾਬਕ, ਜਿਹੜੀ ਬਿਮਾਰੀ ਹੋਵੇ ਉਹਦੇ ਮੁਤਾਬਕ ਉਹਦਾ ਇਲਾਜ ਕਰਨਾ ਚਾਹੀਦਾ। ਹਾਂਜੀ, ਡੀਲਰਾਂ ਨਾਲ ਮਸ਼ਵਰਾ ਲਾ ਕੇ। ਠੀਕ ਹੋ ਗਿਆ। ਉਸ ਤੋਂ ਬਾਅਦ ਪੀਰ ਸਾਹਿਬ ਦੂਸਰਾ ਇੱਕ ਹੋਰ ਗੱਲ ਹੈ, ਬੜੀ ਅੱਛੀ ਗੱਲ ਮੈਂ ਪੁੱਛਣੀ ਹੈ, ਤਾਂ ਰੱਬ ਦੇ ਹੱਕ ਕਿਸ ਤਰੀਕੇ ਘੜਨੇ ਚਾਹੀਦੇ ਨੇ ਇੱਕ ਅੱਛੀ ਪੈਦਾਵਾਰ ਲੈਣ ਵਾਸਤੇ? ਗਰੀਬਾਂ ਅਮੀਰਾਂ ਦਾ ਸਾਰਿਆਂ ਦਾ ਖਿਆਲ ਰੱਖਣਾ ਚਾਹੀਦਾ। ਭੇਕ ਅਮੀਰ ਕਦੀ ਕਦੀ ਗਰੀਬ ਹੋ ਜਾਂਦਾ, ਉਸਦਾ ਵੀ ਖਿਆਲ ਰੱਖਣਾ ਚਾਹੀਦਾ। ਬਈ ਬਿਰਾ ਇੱਕ ਡੀਲਰ ਹੁੰਦਾ ਬੜਾ ਵੱਡਾ, ਜਿਵੇਂ ਉਹਨੂੰ ਕੰਪਨੀ ਵਾਲੇ ਹਟਾ ਛੁੜੇਂਦੇ ਨੇ ਅਤੇ ਮੁੜ ਉਸ ਨੂੰ ਆਸਰਾ ਦੇਵਣਾ ਪਾਉਂਦਾ। ਅਤੇ ਬਾਕੀ ਜੋ ਸ਼ਰੇ ਦੇ ਲਿਹਾਜ਼ ਨਾਲ, ਉਹ ਤਾਂ ਹਰ ਬੰਦੇ ਨੂੰ ਹੱਕ ਹਾਸਿਲ ਹੈ ਬਈ ਉਸ਼ਰ ਜ਼ਕਾਤ ਦਾ ਜਿਹੜਾ ਹਿੱਸਾ ਕਰਨਾ ਚਾਹੀਦਾ। ਉਸ ਤੋਂ ਹਟ ਕੇ ਵੀ ਮਰ ਸਦੀਕ ਸਾਹਿਬ, ਉਸ਼ਰ ਅਤੇ ਜ਼ਕਾਤ ਦੀ ਤੁਸੀਂ ਗੱਲ ਕੀਤੀ ਹੈ, ਉਸ਼ਰ ਅਤੇ ਜ਼ਕਾਤ ਕੱਢਣ ਨਾਲ ਕਿਆ ਤੁਹਾਨੂੰ ਕੀ ਲੱਗਦਾ, ਤੁਹਾਡੀ ਫਸਲ ਕੀ ਬਿਹਤਰੀ ਆਈ ਹੈ? ਪਈ ਫਸਲ 'ਚ ਅੱਲਾ ਦੀ ਰਹਿਮਤ ਹੋ ਪੈਂਦੀ ਹੈ, ਬਰਕਤਾਂ ਪਾ ਪੈਂਦੀਆਂ, ਬਿਮਾਰੀਆਂ ਨਹੀਂ ਆਉਂਦੀਆਂ ਉਹਦੇ ਵਿੱਚ, ਉਹ ਫਸਲ ਜਿਹੜਾ ਕਦੀ ਖਰਾਬ ਨਹੀਂ ਹੁੰਦੀ ਅਤੇ ਉਹਦੇ ਵਿੱਚ ਬੜੀਆਂ ਬਰਕਤਾਂ ਆਉਂਦੀਆਂ। ਇਸ ਵਾਸਤੇ ਉਸ਼ਰ ਦਾ ਕਾਤ ਕਰਨਾ ਸ਼ਰੇ ਦੇ ਲਿਹਾਜ਼ ਨਾਲ ਬਹੁਤ ਅਹਿਮ ਗੱਲ ਹੈ। ਅਹਿਮ ਗੱਲ ਹੈ। ਅੱਛਾ ਜੀ, ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਵੀਡੀਓ ਤੁਹਾਡੀ ਯੂਟਿਊਬ ਦੇ ਉੱਤੇ ਝੜਨੀ ਹੈ, ਤਾਂ ਤੁਸੀਂ ਆਪਣੇ ਸੁਣਨ ਵਾਲੇ ਦੋਸਤ ਨੂੰ ਕੀ ਪੈਗਾਮ ਦੱਸੋ? ਸੁਣਨ ਵਾਲਿਆਂ ਨੂੰ ਇਹੋ ਪੈਗਾਮ ਦੱਸਾਂ ਜਿਹੜੇ ਤੁਹਾਡੇ ਨਾਲ ਗੱਲ ਕਰਨ ਦੇ ਬੱਚੇ, ਉਹਨਾਂ ਨੂੰ ਇੱਕ ਸਾਂ ਮੇਰੇ ਪਿਆਰੇ ਭਾਈ, ਇਹ ਇਸ ਗੱਲ ਉੱਤੇ ਅਮਲ ਕਰਿਆ। ਠੀਕ ਹੋ ਗਿਆ ਪਿਆਰੇ ਦੋਸਤੋ, ਜਿਸ ਦੀ ਕਿ ਮੇਰੇ ਨਿਹਾਇਤ ਹੀ ਕਾਬਲੇ ਇੱਜ਼ਤ ਦੋਸਤ ਆਖਿਆ, ਬਈ ਅੱਛੀ ਫਸਲ ਲੈਣ ਵਾਸਤੇ ਨਾ ਸਪਰੇ ਵੀ ਜ਼ਰੂਰੀ ਹੈ, ਮਗਰ ਸਭ ਤੋਂ ਪਹਿਲੇ ਨਾ ਫਸਲ ਲਾਣੀ ਹੈ ਅਤੇ ਉਸਦੀ ਇੱਕ ਨੀਅਤ ਕਰਨੀ ਹੈ ਵੀ ਅਸੀਂ ਉਸ਼ਰ ਜ਼ਕਾਤ ਜਿਤਨੀ ਸਾਡੀ ਹਿੱਸਾ ਬਣ ਸੀ ਉਹ ਲਾਜ਼ਮੀ ਕੱਢ ਕੇ ਨਾ ਮੁਸਤਹਿਕ ਲੋਕਾਂ ਤੱਕ ਪਹੁੰਚੇ ਸੈਂ ਜੀ। ਅਸਲਾਮ ਵਾਲੇਕੁਮ।